ਇੱਕ ਵਾਰ ਰੂਮ ਟੂਰ ਤੁਸੀਂ ਲੈ ਲਓ। ਇੱਧਰਲੇ ਪਾਸੇ ਹੈਗਾ ਜੀ ਵਾਸ਼ਰੂਮ, ਵੜਦੇ ਸਾਰ ਇੱਥੇ ਅਲਮਾਰੀ, ਇੱਥੇ ਸ਼ੀਸ਼ਾ, ਇੱਥੇ ਮਾਮਾ ਜੀ ਖੜ੍ਹੇ ਆ, ਦੋ ਡਬਲ ਬੈੱਡ ਲੱਗੇ ਹੋਏ ਆ ਜੀ, ਆਪਾਂ ਨੂੰ ਆਪਣੇ ਅਕੋਰਡਿੰਗਲੀ ਡਬਲ ਬੈੱਡ ਚਾਹੀਦੇ ਹੁੰਦੇ ਆ। ਉਹ ਪਰ ਏਸੀ ਲੱਗਾ ਹੋਇਆ, ਪੱਖਾ ਲੱਗਾ ਹੋਇਆ ਜੀ। ਆਹ ਲੈ ਚੈੱਕ ਕਰੋ, ਆਹ LCD ਹੈ ਜਿੱਥੇ ਤੁਸੀਂ ਮੇਰਾ ਕਸ਼ਹਿਰਾ ਦੇਖਦੇ ਪਏ। ਡੈਡੀ ਜੀ ਲਾ ਕੇ ਦਿਖਾਇਓ ਤੁਹਾਡੇ LCD ਦੇ। ਓਪਨਿੰਗ ਕਰੋ, ਨਵੀਂ LCD ਲਓ ਜੀ। LCD ਜੇ ਆਪਾਂ LG ਦੀ ਅੱਜ ਕੱਲ੍ਹ LCD ਲਈਏ ਤਾਂ ਉਹਦੀ ਕਸ਼ਹਿਰੇ ਦੇ ਵਿੱਚ ਪੈਕ ਕਰਕੇ ਦਿੰਦੇ ਆ LG ਵਾਲੇ। ਹਾਂ ਲੈ, ਡੈਡੀ ਜੀ ਨੇ ਆਜ਼ਾਦ ਕਰਾਈ ਪਈ ਹੈ, ਚਿੱਟਾ ਕੁੜਤਾ ਪਜਾਮਾ ਅਤੇ ਮੰਮੀ ਨੇ ਪਾਇਆ ਹੋਇਆ ਚਿੱਟਾ ਸੂਟ। ਇਹ ਮੈਨੂੰ ਲੱਗਦਾ ਜਾਗਰੇ ਦੇ ਵਿੱਚ ਨਾ ਮਮਤਾਜ ਅਤੇ ਦੂਜਾ ਕੌਣ ਸੀ, ਸ਼ਾਹਜਹਾਂ, ਉਹਨਾਂ ਦੇ ਅਫਸੋਸ 'ਤੇ ਚੱਲਦੇ ਆ ਦੋ ਜਣ। ਸੋ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਤਾਜ ਮਹਿਲ ਦੇਖਣ ਨੂੰ ਮਿਲੂਗਾ, ਇਹ ਤੋਂ ਪਤਾ ਲੱਗਦਾ। ਇਸ ਹੋਟਲ ਦੇ ਵਿੱਚ ਆਪਾਂ ਸਟੇਅ ਕੀਤਾ ਸੀ ਰਾਤੀ, ਅਤੇ ਹੁਣ ਆਪਣਾ ਚੈੱਕਆਊਟ ਟਾਈਮ ਆ, ਰਾਤੀ 2 ਵਜੇ ਚੈੱਕਇਨ ਸੀਗਾ, ਸਵੇਰੇ 10 ਵਜੇ ਆ ਦੇਖ ਲਓ ਚੈੱਕਆਊਟ ਟਾਈਮ ਆ। ਅਤੇ ਇਹ ਡੇਟ ਹੈਗੀ ਆ ਜੀ 7ਵਾਂ ਮਹੀਨਾ ਅਤੇ 17 ਤਰੀਕ, ਪਹਿਲਾਂ ਮੈਂ 7 ਤਰੀਕ ਕਹਿਣ ਲੱਗਾ ਸੀ, 7ਵਾਂ ਮਹੀਨਾ ਅਤੇ 17 ਤਰੀਕ। ਮਾਮਾ ਜੀ ਦਾ ਪ੍ਰੋਗਰਾਮ ਹੋ ਗਿਆ ਚੇਂਜ, ਅੰਦਰ ਬੈਠੇ ਸੀ AC ਦੇ ਵਿੱਚ, ਬਾਹਰ ਗਰਮੀ ਦੇਖ ਕੇ ਕਹਿੰਦੇ ਮੈਂ ਤਾਂ ਅੱਧੀਆਂ ਬਾਹਾਂ ਦੀ ਪਾ ਲੈਂਦਾ ਭਾਈ ਹਲਕੀ। ਲੈ ਵੀ ਆ ਬਗਲੇ ਦੇਖੋ ਸਾਡੇ, 2 ਬਗਲੇ ਹੈ ਬਗਲੇ ਨਹੀਂ, ਮੈਨੂੰ ਸਮਝ ਨਹੀਂ ਆਉਂਦਾ ਵੀ ਤੁਸੀਂ ਅਫਸੋਸ ਕਰਨ ਚੱਲੇ ਆ ਕਿ ਤਾਜ ਮਹਿਲ ਦੇਖਣ ਚੱਲੇ। ਅੱਛਾ ਅੱਜ ਸਾਰਿਆਂ ਨੇ ਕੁਛ ਨਾ ਕੁਛ ਵਾਈਟ ਪਾਇਆ ਆ, ਸਵੀਟ ਦਾ ਵਾਈਟ ਪਜਾਮਾ। ਅਰੇ ਮਾਮਾ ਜੀ ਤੁਹਾਡੇ ਕੋਲ ਵਾਈਟ ਹੈ ਨਹੀਂ ਕੁਛ? ਹੈਗਾ ਹੈਗਾ ਯਾਰ, ਆ ਦੇਖੋ ਵਾਈਟ, ਇਹਦੇ ਵਿੱਚ ਵੀ ਵਾਈਟ ਹੈਗਾ, ਆਹ ਦੋਵੇਂ ਜਾਣੇ ਤਾਂ ਵਾਈਟ ਆ, ਅਤੇ ਮੇਰੇ ਵਾਈਟ ਸ਼ੂਜ਼ ਆ। ਇੱਥੇ ਪਚਕਾਰੀਆਂ ਤੋਂ ਡਰ ਲੱਗਦਾ, ਬਾਕੀ ਤਾਂ ਸਭ ਕੁਝ ਠੀਕ ਹੈ। ਹਾਂਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਤਾਜ ਮਹਿਲ, ਮੈਂ ਸਤਵੀਰ ਨੇ ਤਾਂ ਦੇਖਿਆ, ਪਿੱਛੇ ਵਾਲੇ 3 ਜਿਹੜੀ ਸੰਗਤ ਹੈ ਇਹਨਾਂ ਨੇ ਤਾਜ ਮਹਿਲ ਨਹੀਂ ਦੇਖਿਆ, ਸੋ ਪਹਿਲਾਂ ਤਾਜ ਮਹਿਲ ਐਕਸਪਲੋਰ ਕਰਾਂਗੇ। ਉਸ ਤੋਂ ਬਾਅਦ ਪ੍ਰੋਗਰਾਮ ਇਹ ਹੈਗਾ ਵੀ ਆਪਾਂ ਜਾਣਾ ਜੀ ਫਿਰ ਤੋਂ MP ਦੇ ਵਿੱਚ ਐਂਟਰ ਕਰਨਾ ਆ, ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਹੈਗਾ ਗਵਾਲੀਅਰ। ਗਵਾਲੀਅਰ ਦੇ ਵਿੱਚ 6ਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ, ਜਿਹੜਾ ਬੰਦੀ ਛੋੜ ਗੁਰੂ ਘਰ ਆ ਉੱਥੇ, ਅਤੇ ਉਹ ਐਕਸਪਲੋਰ ਕਰਾਂਗੇ, ਉੱਥੇ ਜਾਵਾਂਗੇ। ਇੱਥੋਂ ਤਕਰੀਬਨ 3-3.5 ਘੰਟੇ ਦੀ ਡਰਾਈਵ 'ਤੇ ਆ, ਹੁਣ ਜੇ ਲਾਗੇ ਆਏ ਹੋਏ ਹਾਂ ਤਾਂ ਉਹ ਵੀ ਐਕਸਪਲੋਰ ਕਰ ਲਿਆ ਜਾਵੇ ਤਾਂ ਚੰਗੀ ਗੱਲ ਆ। ਇੱਥੋਂ ਖੱਬੇ ਨੂੰ ਮੁੜਨਾ ਨਾ, ਨਹੀਂ ਆ ਉੱਥੋਂ ਟਰਨ ਹੋਣਾ, ਅਤੇ ਸਵੇਰੇ ਸਵੇਰੇ ਇੱਥੇ ਜਿਹੜੀ ਗਰਮੀ ਆ 10 ਵਜੇ 35 ਡਿਗਰੀ ਟੈਂਪਰੇਚਰ ਆ। ਹਾਂਜੀ, ਅਤੇ ਇਸ ਵੇਲੇ ਹੈਗੇ ਜੀ ਆਪਾਂ ਤਾਜ ਮਹਿਲ ਦੇ ਈਸਟ ਗੇਟ ਵਾਲੀ ਸਾਈਡ। ਗਵਾਲੀਅਰ ਗੁਰੂ ਘਰ ਦੇਖਣ ਤੋਂ ਬਾਅਦ ਫਿਰ ਜਿਹੜਾ ਪ੍ਰੋਗਰਾਮ ਹੋਊਗਾ ਉਹ ਸ਼ਾਇਦ ਮੇ ਬੀ ਸਿੱਧਾ ਡਾਇਰੈਕਟ ਪੰਜਾਬ, ਇੱਥੋਂ ਆਗਰੇ ਤੋਂ ਨੀਅਰ ਅਬਾਊਟ ਮੈਨੂੰ ਲੱਗਦਾ 700 ਕਿਲੋਮੀਟਰ, ਹਾਂ 650-700 ਜਾਂ ਮੇ ਬੀ 750 ਦੇ ਵਿੱਚ ਵਿੱਚ ਕਿਲੋਮੀਟਰ ਹੈਗੇ ਆ ਆਗਰੇ ਤੋਂ ਪੰਜਾਬ ਦੇ। ਅਤੇ ਜੇ ਸਮਾਂ ਲੱਗਾ ਗੱਡੀ ਚਲਾਉਣ ਯੋਗ ਹੋਏ ਤਾਂ ਫਿਰ ਡਾਇਰੈਕਟ ਪੰਜਾਬ ਜਾਵਾਂਗੇ, ਨਹੀਂ ਤਾਂ ਫਿਰ ਰਸਤੇ ਵਿੱਚ ਕਿਤੇ ਸਟੇ ਕਰ ਲਵਾਂਗੇ, ਕਾਹਲੀ ਆਪਾਂ ਨੂੰ ਕੋਈ ਨਹੀਂ, ਇੱਕ ਅੱਧਾ ਦਿਨ ਫਾਲਤੂ ਵੀ ਲੱਗ ਗਿਆ ਤਾਂ। ਵੈਸੇ ਜਿਹੜੀ ਹੁਣ ਟੂਰ ਦੀ ਉਹ ਐਂਡਿੰਗ ਹੀ ਆ, ਪੰਜਾਬ ਜਾਣਾ ਅਤੇ ਰਸਤੇ ਦੇ ਵਿੱਚ ਆਗਰਾ ਪੈਂਦਾ ਸੀ, ਆਗਰੇ ਦੇ ਨਾਲ ਫਿਰ ਆਪਾਂ ਜਿਹੜਾ ਗਵਾਲੀਅਰ ਉਹ ਵੀ ਐਡ ਆਨ ਕਰ ਲਿਆ। ਹਜੇ ਮਾਮਾ ਜੀ ਸਵੇਰੇ ਸਵੇਰੇ ਮਾਰਕੀਟ ਵੀ ਜਿਹੜੀ ਚੰਗੀ ਤਰ੍ਹਾਂ ਓਪਨ ਨਹੀਂ ਹੋਈ ਹੈਗੀ, ਵੈਸੇ ਠੀਕ ਹੈ ਹਜੇ ਤੱਕ ਤਾਂ ਮੌਸਮ ਕੁਛ ਠੀਕ ਆ, 10:30 ਹੋ ਗਏ ਅਤੇ ਹਜੇ ਮੌਸਮ ਵੀ ਠੀਕ ਆ ਅਤੇ ਹਜੇ ਇੰਨਾ ਰਸ਼ ਵੀ ਨਹੀਂ ਲੱਗਦਾ, ਅਤੇ ਆਪਾਂ ਫਟਾਫਟ ਦੇਖ ਕੇ ਫੋਟੋਆਂ ਕਰਵਾ ਕੇ ਵਧੀਆ ਵਧੀਆ ਸ਼ਾਰਟਸ ਲੈ ਕੇ ਅਤੇ ਆਪਾਂ ਫਿਰ ਨਿਕਲੀਏ ਗਵਾਲੀਅਰ ਨੂੰ।
ਤੋ ਵੀ ਇੱਥੇ ਚੱਲਦਾ ਪਿਆ ਫੋਟੋ ਸ਼ੂਟ। ਦੇਖੋ ਤੁਸੀਂ ਧੁੱਪ ਦੇ ਵਿੱਚ ਵੀ ਇੰਨਾ ਗਾਹ ਆ ਪਤਾ ਨਹੀਂ ਲੱਗਦਾ ਪਿਆ। ਫੋਟੋਗ੍ਰਾਫਰਸ ਵੀ ਹੈਗੇ, ਤੁਸੀਂ ਇਹ ਵੀ ਇੱਥੇ ਹਾਇਰ ਕਰ ਸਕਦੇ ਆ, ਪਰ ਆਪਾਂ ਆਪਣੇ ਫੋਨਸ ਦੇ ਰਾਹੀਂ ਇੱਥੇ ਫੋਟੋਆਂ ਖਿੱਚ ਲਈਆਂ। ਬਹੁਤ ਜ਼ਿਆਦਾ ਧੁੱਪ ਹੋ ਚੁੱਕੀ ਆ, ਇੰਨਾ ਪਸੀਨੋ ਪਸੀਨ ਹੋਇਆ ਪਿਆ ਇੱਥੇ ਕੰਮ ਹੈ ਨਾ। ਲੈ ਆ ਬਗਲੇ ਦੇਖੋ ਕੀ ਕਰਦੇ, ਬਗਲੇ ਬਗਲੇ ਇੱਕ ਬਈ ਆਪਣੀ ਗੋਗਲ ਗੂਗਲ ਲੈ ਕੇ ਆਇਓ, ਬਹੁਤ ਗਰਮੀ ਆ ਅਤੇ ਅੱਖਾਂ ਨਹੀਂ ਖੁੱਲਦੀਆਂ ਹੈਗੀਆਂ ਇੱਥੇ ਧੁੱਪ ਦੇ ਵਿੱਚ। ਹਾਂ ਬਾਈ ਦੇਖ ਲਿਆ ਤਾਜ ਮਹਿਲ? ਦੇਖ ਲਿਆ ਜੀ, ਦੇਖ ਲਿਆ। ਗੱਬੇ ਵਾਲਾ ਬਗਲਾ ਤਾਂ ਬਸ ਸਮਝੋ ਡਾਉਣਾ ਹੀ ਹੈ, ਇਹ ਤਾਂ ਕਿਹੜੇ ਹਾਲਾਤੀ ਤੋਂ ਚੱਕ ਕੇ ਲੈ ਗਏ ਸਾਨੂੰ ਹੀ ਪਤਾ, ਸ਼ਕਲਾਂ ਹੀ ਦੱਸਦੀਆਂ ਵੀ ਸਾਰਿਆਂ ਦੀਆਂ। ਮਾਮਾ ਯਾਰ ਟਾਈਮ ਨਹੀਂ ਹੈ ਵੈਸੇ ਦੇਖਣ ਦਾ ਯਾਰ। ਦੇਖਣ ਦਾ ਮਜ਼ਾ ਹੀ ਬਹੁਤ ਆਉਂਦਾ ਜੇ ਹਵਾ ਹਵਾ ਚੱਲਦੀ ਹੋਵੇ, ਮੌਸਮ ਠੰਡਾ ਹੋਵੇ ਸਿਆਲਾਂ ਦੇ ਵਿੱਚ। ਹਾਂ ਤਾਂ ਬਿਲਕੁਲ ਗਲਤ ਟਾਈਮ ਆ ਦੇਖਣ ਦਾ, ਸਿਆਲਾ ਚ। ਹਾਂ ਬਗਲੇ ਕਹਿੰਦੇ ਸਿਆਲੇ ਚ ਆਵਾਂਗੇ ਭਾਈ। ਆਜੋ ਜੀ ਆਜੋ, ਓ ਵੈਰੀ ਗੁੱਡ, ਠੰਡਾ ਠੰਡਾ। ਸਵੇਰ ਦਾ ਬ੍ਰੇਕਫਾਸਟ ਨਹੀਂ ਕੀਤਾ ਸੋ ਹੁਣ ਕਰਾਂਗੇ ਜੀ। ਆਹ ਟਾਈਮ ਚੈੱਕ ਕਰੋ, ਉਹ 1 ਵਜ ਗਿਆ। ਕਿੰਨਾ ਵਜਾ ਮੇਰੀ ਘੜੀ ਟਾਈਮ ਗਲਤ ਤਾਂ ਨਹੀਂ ਦੱਸਦੀ? 12:30 ਨਹੀਂ ਫਿਰ ਠੀਕ ਹੈ, 12:30। ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। 12:30 ਵਜੇ ਬ੍ਰੇਕਫਾਸਟ ਕਰਨ ਲੱਗੇ ਆ, ਸਵੇਰ ਦਾ ਕੁਛ ਨਹੀਂ ਖਾਧਾ, ਨਾ ਚਾਹ ਨਾ ਕੁਛ। ਨਿਰਨੇ ਕਾਲਜੇ ਤਾਜ ਮਹਿਲ ਦੇ ਦਰਸ਼ਨ ਕੀਤੇ ਆ। ਜਿਹੜਾ ਅੱਜ ਵਾਲਾ ਪ੍ਰੋਗਰਾਮ ਨਾ ਕੁਛ ਗੁਲ ਮੁਲ ਜਾ ਹੀ ਰਿਹਾ ਅੱਜ ਸਵੇਰ ਤੋਂ ਹੀ। ਪਹਿਲਾਂ ਗਰਮੀ ਬਹੁਤ ਸੀਗੀ, ਹੁਣ ਜਦੋਂ ਸਾਰਾ ਕੁਛ ਦੇਖ ਦਿਖਾ ਕੇ ਆਪਾਂ ਇੱਥੇ ਪਹੁੰਚ ਗਏ, ਫਿਰ ਕਿਣਮਣ ਸ਼ੁਰੂ ਹੋਈ ਹੋਊ। ਉੱਪਰ ਵੈਦਰ ਚੈੱਕ ਕਰੋ ਕਿੰਨਾ ਸੋਹਣਾ ਆ, ਦੇ ਖੋਲ੍ਹ ਕੇ ਤੁਹਾਨੂੰ ਨਾ ਇੱਕ ਵਾਰ ਲਓ ਤਾਂ ਜਾਮ ਹੀ ਜਾਮ ਵਾਲੇ ਦੁਆਲੇ ਸਾਰੇ ਪਾਸੇ। ਪਹਿਲਾਂ ਪਰੌਂਠਾ ਰੇਟ ਕਰਤੇ। ਹਾਂ ਸੱਚ, ਉਹ ਤਾਂ ਮੈਂ ਦੱਸਣਾ ਹੀ ਭੁੱਲ ਗਿਆ, ਜਿੱਥੇ ਅਸੀਂ ਬਹਿ ਕੇ ਰੈਸਟੋਰੈਂਟ ਦੇ ਵਿੱਚ ਖਾਂਦੇ ਪਏ ਸੀਗੇ ਨਾ, ਉਹ ਆਗਰੇ ਸੀ ਜਿੱਥੇ ਅਸੀਂ ਬਹਿ ਕੇ ਪਰੌਂਠੇ ਛਕੇ, ਪੂੜੀਆਂ ਛਕੀਆਂ, ਉੱਥੇ ਆਗਰੇ ਬਹਿ ਕੇ ਨਾ ਉਹ ਬਾਈ ਨੇ ਇੰਨਾ ਟਾਈਮ ਲਾਇਆ ਰੈਸਟੋਰੈਂਟ ਦੇ ਵਿੱਚ, ਮੈਨੂੰ ਲੱਗਦਾ ਡੈਡੀ ਜੀ ਮੋਟਾ ਮੋਟਾ ਉਹਨਾਂ ਨੇ 1.5-2 ਘੰਟੇ ਲਾਏ ਹੋਣੇ। 2 ਘੰਟੇ ਲਾਤੇ ਨਾ ਤਾਂ ਬਹੁਤ ਹੀ ਰੱਖਿਆ ਤੁਹਾਨੂੰ, ਕਿਹੜਾ ਕਿਹੜਾ ਮਹਾਰਾਜਾ ਪਤਾ ਨਹੀਂ ਹਸਤਵੀਰ ਨੇ ਲੱਭਿਆ ਸੀਗਾ ਉਹ। ਫਿਰ ਕੀ ਸੀਗਾ? ਸ਼ੇਰੇ ਪੰਜਾਬ ਸੀਗਾ ਜੀ, ਪਰ ਜਿੰਨੀਆਂ ਵੀ ਚੀਜ਼ਾਂ ਉਹਨੇ ਲਿਆਂਦੀਆਂ ਸਾਰੀਆਂ ਟੇਸਟੀ ਸੀਗੀਆਂ, ਪਰ ਗੱਲ ਇਹ ਰਹਿ ਗਈ ਟਾਈਮ ਬਹੁਤ ਲੱਗ ਗਿਆ ਬਈ, ਟਾਈਮ ਬਹੁਤ ਲੱਗ ਗਿਆ, ਬਹੁਤ ਜ਼ਿਆਦਾ ਟਾਈਮ ਸਾਡਾ ਉੱਥੇ ਖਰਾਬ ਹੋਇਆ। ਲਓ ਜੀ ਜਾਮ ਦੇ ਵਿੱਚ ਖੜ ਕੇ ਨਾ ਨਵੀਆਂ ਨਵੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ। ਉਹ ਸਾਹਮਣੇ ਦੇਖੋ ਲਿਖਿਆ ਹੋਇਆ ਦੀਪਕ ਕੀ ਦੀਵਾਨੀ ਰਾਧਾ ਐਂਡ ਰਾਨੀ, ਆਹ ਸਾਹਮਣੇ ਚੈੱਕ ਕਰੋ। ਤੇ ਇਹਦੇ ਨਾਲ ਹੀ ਇੱਧਰ ਇੱਕ ਚਾਹ ਵਾਲਾ ਖੋਖਾ ਆ, ਪੱਦਾ ਸ਼੍ਰੀ ਪ੍ਰੀਮੀਅਮ ਪੱਦਾ ਸ਼੍ਰੀ ਚਾਏ, ਪੱਦਾ ਸ਼੍ਰੀ ਕੀ ਕੜਕ ਸਿਟੀ ਸੀ ਚਾਏ। ਉਹ ਬਾਹ ਤੇਰੇ ਪੱਦਾ ਸ਼੍ਰੀ ਵਾਲੇ ਡੈਡੀ ਜੀ ਕਹਿੰਦੇ ਸਪੈਸ਼ਲ ਵਲੌਗ ਇਹਦੇ ਵਲੌਗ ਦੇ ਵਿੱਚ ਦਿਖਾਈ ਜਾਵੇ ਪੱਦਾ ਸ਼੍ਰੀ ਚਾਏ। ਬੜੀ ਮੁਸ਼ਕਲ ਤੋਂ ਬਾਅਦ ਆਖਿਰਕਾਰ ਆਪਾਂ ਗਵਾਲੀਅਰ ਪਹੁੰਚ ਚੁੱਕੇ ਹਾਂ ਜੀ। ਕਰਾਊਡ ਇੱਥੇ ਪੂਰਾ ਆ, ਸਾਹ ਇਸ ਕਰਕੇ ਚੜਿਆ ਹੋਇਆ ਕਿ ਖਾ ਵੀ ਰਹੇ ਨਾਲ ਦੀ ਨਾਲ ਤੁਰ ਵੀ ਰਹੇ ਹਾਂ। ਡੈਡੀ ਜੀ ਉਹਨਾਂ ਨੇ ਟਿਕਟ ਲੈ ਲਈ ਉੱਤਰਦੇ ਸਾਰੀ। ਰਾਸਤੇ ਦੇ ਵਿੱਚ ਨਾ ਮੁਸਲਿਮ ਧਰਮ ਦਾ ਕੋਈ ਉਹ ਸੀਗਾ ਮੁਹਰਮ ਕਰਕੇ ਫੈਸਟੀਵਲ, ਅਤੇ ਉਹਦੇ ਕਰਕੇ ਬਹੁਤ ਜ਼ਿਆਦਾ ਜਾਮ ਦੇ ਵਿੱਚ ਫਸੇ ਰਹੇ ਹਾਂ, ਬਹੁਤ ਜ਼ਿਆਦਾ। ਮੈਗੀ ਦਾ ਰੌਲਾ ਪੈ ਗਿਆ ਅੰਦਰ ਜਾਣ ਤੋਂ ਪਹਿਲਾਂ, ਟਿਕਟ ਲੈ ਲਈ ਆ ਅਤੇ ਗਾਰਡ ਸਾਹਿਬ ਕਹਿੰਦੇ ਵੀ ਭਾਈ ਆਪਣੀ ਮੈਗੀ ਇੱਥੇ ਖਤਮ ਕਰਕੇ ਜਾਓ। ਹਾਲ ਹੈ ਆ ਚੱਕੇ ਪਏ ਫਟੇ ਚੱਕ ਗਰਮ ਗਰਮ ਅੰਦਰ।
ਵਧੀਆ ਬਣੀ ਹੈ, ਵਧੀਆ ਬਣਾਉਂਦਾ ਬੰਦਾ। ਮੈਂ ਕਿਹਾ ਜੇ ਟੇਸਟੀ ਹੋ ਜਾਂਦੇ ਹੋਏ ਫਿਰ ਖਾਵਾਂਗੇ। ਅੰਦਰ ਤਾਂ ਨਹੀਂ ਰਹੀ ਆ ਬਾਈ, ਕਿੱਧਰ ਜਾਣਾ ਹੈ ਤੁਮ ਸਤਵੀਰ ਕੌਰ ਜੀ, ਕਿੱਧਰ ਜਾ ਰਹੀ ਹੋ? ਆਹ ਦੇਖੋ ਕਿੱਦਾਂ ਦੀਆਂ ਗਲੀਆਂ ਦੇ ਵਿੱਚੋਂ ਘੁੰਮ ਘੁੰਮ ਜਾਣਾ ਪੈਂਦਾ। ਅੱਛਾ ਜੀ ਇਹ ਹੈ, ਲਓ ਜੀ ਕਰ ਲਓ ਚੈੱਕ। ਫੀ ਨਾ ਕਿਹੋ ਵੀ ਅੰਦਰੋਂ ਕਿਸੇ ਨੇ ਜਹਾਂ ਗੀਰ ਦਾ ਕਿਲਾ ਨਹੀਂ ਦੇਖਿਆ। ਬਾਈ ਕਿੱਧਰ ਜਾਣਾ ਆ ਕੇ? ਇਸ ਸਾਈਡ ਚਲੋ ਜੀ, ਇਸ ਸਾਈਡ। ਬਸ ਜਿੱਧਰ ਮਰਜ਼ੀ ਘੁੰਮ ਲਓ। ਇਹ ਦੇਖੋ ਆਇਆ ਵਾ। ਹਾਂਜੀ ਆ ਥੋੜ੍ਹੇ ਥੋੜ੍ਹੇ ਚਿਰ ਬਾਅਦ ਆਈ ਜਾਂਦੇ ਪੁਆਇੰਟ 'ਚ। ਮਾਮਾ ਜੀ ਗੁਫਾਵਾਂ ਜਿਹੀਆਂ ਆਈਆਂ ਅੰਦਰ, ਆਹ ਦੇਖੋ ਮਹਿਲ ਸੀ ਕਿਸੇ ਦਾ, ਜਹਾਂਗੀਰ ਦਾ ਕਿਸੇ ਦਾ? ਹਾਂ ਮਾਨ ਸਿੰਘ ਕੋਈ ਰਾਜਾ ਹੋਇਆ ਆਪਣਾ। ਅੱਛਾ ਜੀ ਰਾਜਪੂਤਾਂ ਦਾ, ਠੀਕ ਹੈ ਉਹਦਾ ਰਾਜਾ ਸੀ, ਠੀਕ ਹੈ ਜੀ। ਉਹ ਫਿਰ ਉਸ ਤੋਂ ਬਾਅਦ ਫਿਰ ਜਦ ਮੁਗਲ ਸ਼ਾਸਕਾਂ ਦਾ ਰਾਜ ਹੋ ਗਿਆ, ਉਹਨਾਂ ਨੇ ਫਿਰ ਕਹਿੰਦੇ ਵੀ ਇੱਥੇ ਆਪਣਾ ਇਹ ਨਾ ਕੈਦਖਾਨਾ ਹੀ ਬਣਾ ਲਏ ਸੀ, ਜਿੱਕਣਾ ਆਪਣੇ ਆਪਣੇ ਹੁਣ ਆਪਾਂ ਨੂੰ ਆਪਣੇ ਇਤਿਹਾਸ ਚਾਹੁੰਦੇ ਆ। ਮੁਗਲ ਸ਼ਾਸਕਾਂ ਨੇ ਕਹਿੰਦੇ ਕੈਦਖਾਨਾ ਹੀ ਬਣਾਇਆ ਵਾ, ਤਾਂ ਹੁਣ ਤੱਕ ਤਾਂ ਫਿਰ ਜਦ ਆਪਾਂ ਨੂੰ ਜਹਾਂਗੀਰ ਦਾ ਕਿਲਾ ਨਹੀਂ ਹੈ, ਜਹਾਂਗੀਰ ਦਾ ਕਿਲਾ ਨਹੀਂ ਹੈਗਾ, ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ? ਨਹੀਂ ਮੁਗਲ ਸ਼ਾਸਕ ਲਿਖਿਆ ਵਾ, ਬਾਕੀ ਹੁਣ ਪਤਾ ਨਹੀਂ ਬਈ ਜਹਾਂਗੀਰ ਹੈ ਜਾਂ ਕੁਛ ਹੋਰ ਹੈ, ਇਹ ਨਹੀਂ ਪਤਾ। ਚਲੋ ਆਹ ਦੇਖੋ ਅੰਦਰ ਜੇਲ੍ਹ ਬਣੀ ਹੋਈ ਹੈ, ਤਾਲੇ ਲੱਗੇ ਹੋਏ ਆ, ਇੱਧਰ ਵੀ ਜੇਲ੍ਹ। ਮਾਮਾ ਜੀ ਬੜੀ ਛੋਟੀ ਜੀ ਹੈ ਯਾਰ, ਉੱਪਰ ਜਾਣ ਨੂੰ ਰਸਤੇ ਕਿੱਧਰ ਨੂੰ ਜਾਈ ਜਾਂਦੇ ਆਪਾਂ? ਮੰਮੀ ਤੂੰ ਤੂੰ ਯਾਰ ਖਤਰਨਾਕ ਗੱਲਬਾਤ ਆ ਬਈ, ਦੇਖ ਲਓ ਫਟਾਫਟ ਦਇਆ ਯਹਾਂ ਪਰ ਕੁਛ ਹੈ। ਏਸੀਪੀ ਪ੍ਰਤਿਮਨ ਉਹ ਯਾਰ ਦੇਖੋ ਅਮਾ ਕਿੱਦਾਂ ਦਾ ਰਸਤਾ, ਚਲੋ 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 ਜਾ ਕੇ ਦੇਖੀਏ, ਚਲੋ ਚਲੋ ਜਾ ਕੇ ਦੇਖੀਏ। ਮਰ ਜਾਓ ਨੀ, ਮਰਨਾ ਨੀ ਅਜੇ, ਦੇਖਣਾ ਦੇਖੋ ਦੇਖੋ ਅੰਦਰ ਜਾ ਕੇ। ਵਾਹ ਜੀ ਵਾਹ, ਫਰਨੈਲ ਦਾ ਪੋਚਾ ਮਾਰਿਆ ਇੱਥੇ। ਵਾਹ ਬਈ ਵਾਹ, ਫੇ ਨਾ ਕਿਹੋ ਤੁਸੀਂ ਅੰਦਰੋਂ ਕਿਲਾ ਨਹੀਂ ਦਿਖਾਇਆ। ਆਹ ਦੇਖੋ ਪੁਰਾਣੀਆਂ ਪੁਰਾਣੀਆਂ ਚੀਜ਼ਾਂ। ਮਾਮਾ ਜੀ ਇੱਥੇ ਕੋਈ ਫਾਂਸੀ ਲੈ ਕੇ ਚਲ ਗਿਆ ਹੋਣਾ, ਫਿਰ ਬਾਅਦ 'ਚ ਪਰਨੈਲ ਦਾ ਪੋਚਾ ਮਾਰ ਦਿੱਤਾ। ਉਹ ਦੇਖੋ ਮਾਮਾ ਜੀ ਉਹਦੇ ਥੱਲੇ ਜਾ ਕੇ ਦੇਖੋ, ਚਲੋ ਚਲੋ ਚਲੋ। ਮੈਂ ਹੋਰਰ ਹੋਰਰ ਟੋਨ ਲਾਉਂਦਾ ਮਾਮਾ ਜੀ ਪਿੱਛੇ। ਅਨਗਟ ਚੱਲਦਾ ਪਿਆ ਵਲੌਗ ਅੱਜ ਦਾ, ਕੱਲਾ ਬੰਦਾ ਨਹੀਂ ਡੈਡੀ ਜੀ ਗਵਾਚ ਗਏ, ਡੈਡੀ ਜੀ ਗਵਾਚ ਗਏ। ਆਹ ਦੇ ਓ ਮਾਮਾ ਜੀ ਇੱਥੇ ਇੱਥੇ ਲਾਸ਼ ਵਾਲੀ ਮੁਸ਼ਕ ਵੀ ਆਉਂਦੀ ਪਈ ਹੈ, ਸਮੈਲ ਆਉਂਦੀ ਪਈ ਗੰਦੀ ਜੀ। ਓ ਬੈਟਮੈਨ
ਬੈਟਮੈਨ ਬੱਲੇ 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 ਆ ਇੱਦਾਂ ਦੀਆਂ ਸੁਰੰਗਾਂ ਜਿਹੀਆਂ ਹੈ ਉਹ ਦੇਖੋ ਸਾਡੇ ਹਾਂ ਮਾਮਾ ਜੀ ਹੁਣ ਆਪਾਂ ਹੈ ਕਿੱਥੇ ਹਾਂ ਨਹੀਂ ਆਪਾਂ ਹੁਣ ਬਾਹਰ ਕਿੱਦਾਂ ਨਿਕਲਣਾ ਬਈ ਇੱਥੇ ਗੁਆਚ ਗਏ ਆਪਾਂ ਕੁਛ ਨਹੀਂ ਪਤਾ ਲੱਗਦਾ ਪਿਆ ਕਿੱਧਰ ਜਾਣਾ ਹੁਣ ਫੇਰ ਥੱਲੇ ਜਾਣਾ ਪੈਣਾ ਬਈ ਗਵਾਚ ਗਏ ਆਪਾਂ ਅਮਾ ਸਾਰੇ ਇੱਕੋ ਜਿਹਾ ਹੀ ਇੱਥੇ ਉਹ ਸਾਰੇ ਇੱਕੋ ਜਿਹੇ ਫਸ ਗਏ ਇੱਧਰੋਂ ਜਾਣਾ ਮਾਮਾ ਜੀ ਹਾਂ ਇੱਧਰੋਂ ਇੱਧਰ ਨੂੰ ਨਾਟਕ ਕਰ ਰਹੇ ਹੈ ਜੀ ਨਾਟਕ ਕਰ ਰਹੇ ਇਹਨਕੋ ਨਹੀਂ ਕੁਛ ਪਤਾ ਲੱਗਦਾ ਨਿਕਲੋ ਮੇਰੇ ਬੰਦੇ ਪੂਰੇ ਇੱਕ ਦੋ ਤਿੰਨ ਤੇ ਚਾਰ ਬਈ ਸਾਹੋ ਸਾਹ ਹੋ ਗਿਆ ਕੰਮ ਕਿ ਨਹੀਂ ਸਾਰਿਆਂ ਦੇ ਮੂੰਹ ਦੇਖ ਲਓ ਆਹ ਦੇਖੋ ਇੱਕ ਵਾਰ ਤਾਂ ਡਰ ਵੀ ਗਏ ਨੇ ਬਈ ਜੇ ਇੱਥੇ ਕਿਸੇ ਨੂੰ ਪੱਟੀਆਂ ਅੱਖਾਂ ਦੇ ਬੰਨ ਕੇ ਛੱਡ ਦਿੱਤਾ ਜਾਵੇ ਉਹ ਨਹੀਂ ਬੰਦਾ ਲੱਜਦਾ ਨਾ 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 ਹਨੇਰਾ ਬਾਕੀ ਸਾਹ ਵੀ ਬਹੁਤ ਘੁੱਟਦਾ ਬਈ ਅੰਦਰ ਮਾਮਾ ਜੀ ਕਿੱਦਾਂ ਰਿਹਾ ਬਈ ਐਕਸਪੀਰੀਅੰਸ ਵੈਸੇ ਤਾਂ ਲੋਕਾਂ ਨੇ ਦੇਖ ਲਿਆ ਆਪਾਂ ਇੰਨਾ ਕੋਈ ਕਾਰਨ ਉਹ ਨਹੀਂ ਸੀ ਹਾਂ ਇੰਨਾ ਨਹੀਂ ਸੋਚਿਆ ਅਸੀਂ ਕਿਹਾ ਵੀ ਅੰਦਰ ਸ਼ਾਇਦ ਸ਼ੋਅ ਵਗੈਰਾ ਚੱਲਦਾ ਹੋਊਗਾ ਕੋਈ ਇਤਿਹਾਸ ਦੱਸਣਗੇ ਕੁਛ ਨਹੀਂ ਹੈਗਾ ਅੰਦਰ ਇਤਿਹਾਸ ਦੱਸਦੇ ਬਾਹਰ ਇੱਕ ਬਸ ਬਾਹਰ ਇੱਥੇ ਨਾ ਇੱਥੇ ਕਿਤੇ ਬੋਰਡ ਲੱਗਾ ਹੋਇਆ ਬਸ ਉਹ ਪੜ੍ਹ ਲਓ ਉਹ ਸਾਹਮਣੇ ਲੱਗਾ ਹੋਇਆ ਲਾਈਟ ਲੂਟ ਕੁਛ ਨਹੀਂ ਹੈਗੀ ਅੰਦਰ ਬਾਈ ਬਿਲਕੁਲ ਘੁੱਪ ਹਨੇਰਾ ਲਓ ਜੀ ਆਹ ਸਾਹਮਣੇ ਲੱਗਾ ਹੋਇਆ ਇਹ ਤੁਸੀਂ ਪੜ੍ਹ ਲਿਓ ਆਪਣਾ ਪੌਜ਼ ਕਰਕੇ ਵੀਡੀਓ ਇੱਥੇ ਬੱਲੇ 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 ਬਾਈ ਹੈ ਮਾਮਾ ਜੀ ਇਕੱਲਾ ਬੰਦਾ ਗਵਾਚੂ ਅੰਦਰ ਸਾਡੀ ਵਾਰ ਨੂੰ ਕਰਾਊਂਡ ਨਹੀਂ ਸੀਗਾ ਅਸਲ ਦੇ ਵਿੱਚ ਸਾਰਾ ਜਿਹੜਾ ਵੀ ਅੰਦਰ ਦੇਖਣ ਗਏ ਹੋਏ ਸੀ ਉਹ ਬਾਹਰ ਇਹਨਾਂ ਨੇ ਕੱਢ ਦਿੱਤੇ ਸੀ ਟਾਈਮ ਦਾ ਜਿਹੜਾ ਪੂਰਾ ਹੋ ਗਿਆ ਆ ਟਾਈਮ ਪਰ ਟਾਮਾ ਟਾਮਾ ਮਾਮਾ ਜੀ ਹੋ ਸਕਦਾ ਵੀ ਭੇਤੀ ਹੁਣ ਇੱਥੇ ਦੇ ਅਸੀਂ ਤਾਂ ਫਸ ਗਏ ਸੀ ਅੰਦਰ ਮਾਮਾ ਜੀ ਨੇ ਤਾਂ ਪਾ ਲਿਆ ਰੌਲਾ ਹਮ ਭੁੱਲ ਗਏ ਹੈ ਹਮੇ ਬਚਾਓ ਹਮ ਭੁੱਲ ਗਏ ਹਾਂ ਬੜਾ ਖਤਰਨਾਕ ਕੰਮ ਸੀ ਹਾਂਜੀ ਆ ਉੱਥੇ ਪਾ ਦਿਓ ਪਹੁੰਚ ਚੁੱਕੇ ਹਾਂ ਜੀ ਦਾਤਾ ਬੰਦੀ ਛੋੜ ਗੁਰੂ ਘਰ ਪਿੱਛੇ ਗੁਰੂ ਘਰ ਹੈ ਹੁਣ ਅੰਦਰ ਚੱਲਦੇ ਹਾਂ ਅਤੇ ਇਸ ਤੋਂ ਬਾਅਦ ਆਪਾਂ ਜਿਹੜਾ ਵਲੌਗ ਨੂੰ ਉਹ ਸਮਾਪਤ ਕਰ ਦੇਣਾ ਆ ਨਹਾ ਧੋ ਕੇ ਦੇਖੋ ਤੌਲੀਏ ਕਸ਼ਹਿਰੇ ਇੱਥੇ ਸੁੱਕਣੇ ਪਾ ਦਿੱਤੇ ਇੱਥੋਂ ਦਰਸ਼ਨ ਕਰਕੇ ਹੁਣ ਆਪਾਂ ਚੱਲਣਾ ਜੀ ਵਾਪਸ ਪੰਜਾਬ ਨੂੰ ਅਤੇ ਪੰਜਾਬ ਤੋਂ ਮਾਮਾ ਜੀ ਕੀ ਫਿਰ ਹੋਰ ਕੋਈ ਪ੍ਰੋਗਰਾਮ ਬਣਾਵਾਂਗੇ ਜੀ ਨੈਕਸਟ ਉਹਦੇ 'ਚ ਦੱਸਾਂਗੇ ਜੀ ਤੁਹਾਨੂੰ ਨੈਕਸਟ ਹਾਂ ਮਤਲਬ ਹੁਣ ਤਾਂ ਆਪਾਂ ਪੰਜਾਬ ਨੂੰ ਚੱਲੀਏ ਫਿਰ ਹੁਣ ਤਾਂ ਪੰਜਾਬ ਜਾ ਲੈ ਹਾਂ ਹੁਣ ਪੰਜਾਬ ਨੂੰ ਦਰਸ਼ਨ ਕਰਨੇ ਆ ਵਾਪਸ ਚੱਲਣ ਤੋਂ ਪਹਿਲਾਂ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਲਓ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਾਂਗੇ ਜੀ ਹੁਣ ਪੰਜਾਬ ਜਾ ਕੇ ਪੰਜਾਬੀ ਬ੍ਰੇਕ ਲੱਗੂਗੀ ਇੱਥੋਂ ਨਹਾ ਧੋ ਕੇ ਫਰੈਸ਼ ਹੋ ਗਏ